ਸਸਿਕਾ ਸਾਰਿਆਂ ਨੂੰ ਮੈਂ ਜਸਪਾਲ ਸਿੰਘ ਗਵਰਨਮੈਂਟ ਸਾਇੰਸ ਟੀਚਰ ਅੱਜ ਮੈਂ ਤੁਹਾਡੇ ਨਾਲ ਇੱਕ ਕਿਰਿਆ ਸਾਂਝੀ ਕਰਨ ਜਾ ਰਿਹਾ ਹਾਂ ਇੱਕ ਐਕਟੀਵਿਟੀ ਜਿਹਦੇ ਵਿੱਚ ਆਪਾਂ ਇੱਕ ਮਾਡਲ ਪੇਸ਼ ਕੀਤਾ ਹੈ ਸਾਡੇ ਕੋਲ ਮਾਡਲ ਹੈ ਔਰ ਇਸ ਮਾਡਲ ਦੇ ਵਿੱਚ ਆਪਾਂ ਪ੍ਰਕਾਸ਼ ਦਾ ਪਰਿਵਰਤਨ ਸਟੱਡੀ ਕਰਾਂਗੇ ਪਰਿਵਰਤਨ ਨੂੰ ਅਧਿਐਨ ਕਰਾਂਗੇ ਉਹਦਾ ਔਰ ਦੂਜਾ ਉਹਦੇ ਨਿਯਮਾਂ ਦਾ ਅਧਿਐਨ ਕਰਾਂਗੇ ਸੋ ਇਹਦੇ ਵਿੱਚ ਆਪਾਂ ਪ੍ਰਕਾਸ਼ ਦੇ ਪਰਿਵਰਤਨ ਦੇ ਨਿਯਮਾਂ ਦਾ ਅਧਿਐਨ ਕਰਾਂਗੇ ਹੁਣ ਤੁਸੀਂ ਪੜ੍ਹਿਆ ਕਿ ਪ੍ਰਕਾਸ਼ ਦਾ ਪਰਿਵਰਤਨ ਹੁੰਦਾ ਕੀ ਆ ਜਦੋਂ ਸਾਡੇ ਕੋਲ ਪ੍ਰਕਾਸ਼ ਦੀ ਕੋਈ ਕਿਰਨ ਕਿਸੇ ਸਮਤਲ ਸਤਹ ਉੱਤੇ ਵੱਜਦੀ ਆ ਤਾਂ ਉਹ ਵੱਜ ਕੇ ਉਸੇ ਮਾਧਿਅਮ ਤੇ ਵਾਪਸ ਆਏਗੀ ਜਿਹੜੀ ਕਿਰਨ ਇੱਥੇ ਵੱਜਦੀ ਆ ਉਹਨੂੰ ਆਪਤਿਤ ਕਿਰਨ ਕਹਿੰਦੇ ਆ ਇਨਸੀਡੈਂਟ ਰੇ ਤੇ ਜਿਹੜੀ ਵੱਜ ਕੇ ਵਾਪਸ ਆਉਂਦੀ ਆ ਉਹਨੂੰ ਪਰਾਵਰਤਿਤ ਕਿਰਨ ਕਹਿੰਦੇ ਆ ਯਾਨੀ ਕਿ ਰਿਫਲੈਕਟਡ ਰੇ ਇੱਥੇ ਇਸ ਪੁਆਇੰਟ ਦੇ ਉੱਤੇ ਜਿੱਥੇ ਕਿਰਨ ਜਿਹੜੀ ਪ੍ਰਕਾਸ਼ ਦੀ ਵੱਜਦੀ ਆ ਉਹ ਬਿਲਕੁਲ ਉਸ ਪੁਆਇੰਟ ਦੇ ਉੱਤੇ ਜਿਹੜਾ ਨੋਰਮਲ ਡਰਾ ਕਰਦੇ ਆ ਉਹਨੂੰ ਆਪਾਂ ਬੋਲਦੇ ਆ ਨੋਰਮਲ ਜਾਂ ਲੰਬ ਪੰਜਾਬੀ ਵਿੱਚ ਲੰਬ ਬੋਲਦੇ ਆ ਅਭਿਲੰਬ ਬੋਲਦੇ ਆ ਸੋ ਅਭਿਲੰਬ ਦੇ ਨਾਲ ਜਿਹੜੀ ਆਪਤਿਤ ਕਿਰਨ ਕੋਣ ਹੁੰਦੀ ਆ ਉਹਨੂੰ ਬੋਲਦੇ ਆ ਆਪਤਿਤ ਕੋਣ ਉਹਨੂੰ ਆਪਾਂ ਆਇਆ ਲੰਬ ਦਿੰਦੇ ਆ ਤੇ ਜਿਹੜੀ ਪ੍ਰਾਪਤਿਤ ਕਿਰਨ ਲੰਬ ਦੇ ਨਾਲ ਕੋਣ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਆ ਪ੍ਰਾਪਤਿਤ ਉਸ ਕੋਣ ਨੂੰ ਆ ਕਹਿੰਦੇ ਆ ਪ੍ਰਾਪਤਿਤ ਸੋ ਇਹ ਆਪਾਂ ਥਿਓਰੀਟਿਕਲੀ ਇਦਾਂ ਪੜ੍ਹਦੇ ਆ ਹਮੇਸ਼ਾ ਬੋਰਡ ਦੇ ਉੱਤੇ ਚੌਕ ਬੋਰਡ ਦੇ ਉੱਤੇ ਜਾਂ ਜ਼ਿਆਦਾ ਤੋਂ ਜ਼ਿਆਦਾ ਇੱਕ ਪੇਨਸ ਵਾਲੀ ਐਕਟੀਵਿਟੀ ਕਰਦੇ ਆ ਆਪਾਂ ਪੇਨਾਂ ਲਗਾ ਕੇ ਉਹ ਇਸ ਬੋਰਡ ਦੇ ਵਿੱਚ ਆਪਾਂ ਬਹੁਤ ਹੀ ਇੰਟਰਸਟਿੰਗ ਵੇ ਦੇ ਨਾਲ ਦੇਖਿਆ ਹੋਇਆ ਤੁਸੀਂ ਦੇਖ ਸਕਦੇ ਆ ਇਸ ਮਾਡਲ ਦੇ ਵਿੱਚ ਆਪਾਂ ਕੀਤਾ ਕੀ ਹੋਇਆ ਇਸਨੂੰ ਲਾਗੇ ਆ ਕੇ ਆਪਾਂ ਦੇਖਾਂਗੇ ਇਸ ਮਾਡਲ ਦੇ ਵਿੱਚ ਮੈਂ ਇਸ ਬਾਕਸ ਦੇ ਵਿੱਚ ਸਭ ਤੋਂ ਉਹਦਾ ਫਰੰਟ ਪਾਰਟ ਆ ਜਿਹੜਾ ਉਹ ਉੱਥੇ ਟਰਾਂਸਪਰੈਂਟ ਸ਼ੀਟ ਲਗਾਈ ਹੋਈ ਆ ਬਾਕੀ ਸਾਰਾ ਪੋਰਸ਼ਨ ਕਵਰ ਕੀਤਾ ਹੋਇਆ ਇਸ ਪੋਰਸ਼ਨ ਦੇ ਵਿੱਚ ਅੱਗੇ ਤੁਸੀਂ ਦੇਖ ਸਕਦੇ ਆ ਕਿ ਉੱਪਰੋਂ ਦੇਖੋਗੇ ਇਹਦੇ ਵਿੱਚ ਇੱਕ ਪ੍ਰੋਟੈਕਟਰ ਲਗਾਇਆ ਹੋਇਆ ਡੀ ਡੀ ਦਾ ਪ੍ਰਿੰਟ ਆਊਟ ਲਗਾਇਆ ਹੋਇਆ ਵੱਡੀ ਕਰਕੇ ਡੀ ਲਗਾਈ ਹੋਈ ਆ ਤਾਂ ਕਿ ਸਾਡੇ ਕੋਲ ਜਿਹੜਾ ਐਂਗਲ ਆ ਉਹ ਆਪਾਂ ਮੈਜਰ ਕਰ ਸਕੀਏ ਐਂਗਲ ਨਾਪ ਸਕੀਏ ਕਿਹੜੇ ਐਂਗਲ ਆਪਤਨ ਕੋਣ ਅਤੇ ਪ੍ਰਵਰਤਨ ਕੋਣ ਉਹਦੇ ਵਿੱਚ ਤੁਸੀਂ ਦੇਖ ਸਕਦੇ ਆ ਇੱਕ ਦਰਪਣ ਲਗਾਇਆ ਹੋਇਆ ਸਾਹਮਣੇ ਇੱਕ ਮਿਰਰ ਲਗਾਇਆ ਹੋਇਆ ਪਲੇਨ ਮਿਰਰ ਸਮਤਲ ਦਰਪਣ ਸੋ ਇਹਦੇ ਵਿੱਚ ਆਪਾਂ ਇੱਕ ਧੂੰਆਂ ਵੀ ਇਕੱਠਾ ਕਰਾਂਗੇ ਅਗਰਬੱਤੀ ਦਾ ਧੂੰਆਂ ਮੈਂ ਇੱਕ ਸਟੂਡੈਂਟ ਨੂੰ ਰਿਕੁਐਸਟ ਕਰਾਂਗਾ ਕਿ ਉਹ ਮੇਰੇ ਕੋਲ ਆਵੇ ਅਤੇ ਅਗਰਬੱਤੀ ਦਾ ਧੂੰਆਂ ਜਿਹੜਾ ਇੱਥੋਂ ਆਪਾਂ ਹੋਲ ਕੀਤਾ ਹੋਇਆ ਉਹਦੇ ਅੰਦਰ ਲੈ ਕੇ ਜਾਵੇ ਸੋ ਤੁਸੀਂ ਦੇਖ ਸਕਦੇ ਆ ਅਗਰਬੱਤੀ ਦਾ ਧੂੰਆਂ ਇੱਥੇ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ ਸੋ ਮੇਰੇ ਕੋਲ ਇੱਕ ਲੇਜ਼ਰ ਹੈ ਆਪਾਂ ਲੇਜ਼ਰ ਲਿਆ ਹੋਇਆ ਸੋ ਲੇਜ਼ਰ ਦੇ ਥਰੂ ਇੱਥੇ ਆਪਾਂ ਇੱਕ ਬੀਮ ਲੇਜ਼ਰ ਬੀਮ ਛੱਡਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਬੇਟਾ ਸਾਡੇ ਕੋਲ ਲੇਜ਼ਰ ਬੀਮ ਜਿਹੜਾ ਹੈ ਅਤੇ ਸਟ੍ਰਾਈਕ ਕਰ ਰਿਹਾ ਹੈ ਮਿਰਰ ਦੇ ਉੱਤੇ ਧੂੰਆਂ ਕਿਉਂ ਇਕੱਠਾ ਕੀਤਾ ਇੱਥੇ ਅਸੀਂ ਜੇ ਆਪਾਂ ਧੂੰਆਂ ਨਾ ਇਕੱਠਾ ਕਰਦੇ ਤਾਂ ਲੇਜ਼ਰ ਬੀਮ ਪੂਰਾ ਨਹੀਂ ਦਿਖਾਈ ਦੇਣਾ ਸੀ ਸਾਨੂੰ ਸਿਰਫ ਡੋਟ ਦਿਖਾਈ ਦੇਣਾ ਸੀ ਆਪਾਂ ਬਾਅਦ ਵਿੱਚ ਦੱਸਾਂਗੇ ਸੋ ਇਹ ਜਿਹੜੇ ਪਾਰਟੀਕਲਸ ਆ ਉਹ ਕੀ ਕੰਮ ਕਰਦੇ ਆ ਉਹ ਇਹਨੂੰ ਮਟੀਰੀਅਲ ਮੀਡੀਅਮ ਪ੍ਰੋਵਾਈਡ ਕਰਦੇ ਆ ਕਿ ਇਹਦਾ ਬੀਮ ਪੂਰਾ ਦੇਖ ਸਕੇ ਸੋ ਤੁਸੀਂ ਦੇਖ ਸਕਦੇ ਆ ਇੱਕ ਐਂਗਲ ਨੋਟ ਕਰ ਲੈਂਦੇ ਆਪਾਂ ਸਾਡੇ ਕੋਲ ਜਿਹੜਾ ਐਂਗਲ ਇੱਥੇ ਬਣ ਰਿਹਾ ਆ ਉਹ 90-70 ਜਿਹੜਾ ਆ 90-60 30 ਡਿਗਰੀ ਐਂਗਲ ਬਣ ਰਿਹਾ ਹੈ ਔਰ ਇਹ ਰਿਫਲੈਕਸ਼ਨ ਹੋ ਰਹੀ ਆ ਉਹ ਵੀ ਆਲਮੋਸਟ 30 ਡਿਗਰੀ ਅਬਵ 30 ਡਿਗਰੀ ਆ ਇਹ ਸੋ ਰਿਫਲੈਕਸ਼ਨ ਐਂਗਲ ਆਫ ਰਿਫਲੈਕਸ਼ਨ ਵੀ ਉਹਨਾਂ ਕੀ ਆ ਰਿਹਾ 33 ਐਂਗਲ ਆਫ ਇੰਸੀਡੈਂਸ ਆ ਆਪਣੇ ਆਪਤਨ ਕੋਣ ਆ ਅਤੇ 33 ਦੇ ਲਾਗੇ ਹੀ ਪ੍ਰਵਰਤਨ ਕੋਣ ਆ ਜੇ ਆਪਾਂ ਐਂਗਲ ਨੂੰ ਵਧਾਉਂਦੇ ਦੇਖੋ ਪ੍ਰਵਰਤਨ ਜਿਹੜਾ ਪ੍ਰਵਰਤਨ ਕੋਣ ਆ ਉਹ ਵੀ ਵੱਧਦਾ ਪਿਆ ਠੀਕ ਹੈ ਅਤੇ ਜੇ ਮੈਂ ਐਂਗਲ ਘਟਵਾ ਦੇਵਾਂ ਤਾਂ ਜੇ ਕੋਣ ਘਟਾ ਦਈਏ ਅਤੇ ਜੇ ਮੈਂ ਬਿਲਕੁਲ ਜ਼ੀਰੋ 'ਤੇ ਕਰ ਦੇਵਾਂ ਨੋਰਮਲ ਦੇ ਨਾਲ ਬਿਲਕੁਲ ਜਿਹੜੀ ਲਾਈਟ ਰੇ ਸਟ੍ਰਾਈਕ ਆ ਰਹੀ ਇੱਥੋਂ 0 ਡਿਗਰੀ ਐਂਗਲ ਅਤੇ 0 'ਤੇ ਉਹ ਵਾਪਸ ਰਿਫਲੈਕਟ ਹੋ ਕੇ ਆ ਰਹੀ ਆ ਸੋ ਇਹ ਸਾਡਾ ਜਿਹੜਾ ਪ੍ਰਕਾਸ਼ ਦੇ ਪਰਿਵਰਤਨ ਦਾ ਨਿਯਮ ਇਸ ਵਧੀਆ ਐਕਸਪੈਰੀਮੈਂਟ ਜਿਹੜਾ ਸਾਨੂੰ ਦਿਖਾਈ ਦੇ ਰਿਹਾ ਉਹ ਤੋਂ ਸਿੱਧ ਹੋ ਰਿਹਾ ਇਹ ਪਹਿਲਾ ਨਿਯਮ ਸੀ ਦੂਜਾ ਨਿਯਮ ਕਿ ਪ੍ਰਕਾਸ਼ ਦੀ ਜਿਹੜੀ ਕਿਰਨ ਆਪਤਨ ਕਿਰਨ ਪ੍ਰਵਰਤਨ ਪ੍ਰਵਰਤਿਤ ਕਿਰਨ ਅਤੇ ਜਿਹੜਾ ਲੰਬ ਆ ਜਿਹੜਾ ਕਿ ਇਮੈਜਨਰੀ ਲਾਈਨ ਹੁੰਦਾ ਆ ਉਹ ਸਾਡੇ ਕੋਲ ਤਿੰਨੋਂ ਇੱਕੋ ਪਲੇਨ 'ਚ ਹੁੰਦੇ ਆ ਅਤੇ ਉਹ ਜਿਹੜਾ ਲਾਅ ਵੀ ਉੱਥੇ ਸੈਟਿਸਫਾਈ ਹੋ ਰਿਹਾ ਤੁਸੀਂ ਦੇਖ ਸਕਦੇ ਆ ਇੱਥੇ ਇਹ ਤਿੰਨੋਂ ਜਿਹੜੇ ਆ ਉਹ ਇੱਕੋ ਪਲੇਨ ਵਿੱਚ ਲਾਈ ਕਰ ਰਹੇ ਆ ਸੋ ਸਾਡੇ ਕੋਲ ਪ੍ਰਕਾਸ਼ ਦੇ ਜਿਹੜੇ ਦੋ ਪ੍ਰਕਾਸ਼ ਦੇ ਪ੍ਰਵਰਤਨ ਦੇ ਦੋ ਨਿਯਮ ਆ ਉਹ ਸੈਟਿਸਫਾਈ ਹੋ ਗਏ ਸੋ ਸਾਡੇ ਕੋਲ ਇਸ ਤਰ੍ਹਾਂ ਇਹ ਆਪਾਂ ਦੋ ਜਿਹੜੇ ਦੇਖ ਸਕਦੇ ਇੱਥੇ ਲੇਜ਼ਰ ਲਾਈਟ ਕਹਿ ਰਹੇ ਹਾਂ ਇੱਥੇ ਵੀ ਦਿਖਾਈ ਦੇ ਰਿਹਾ ਬਿਕੋਜ਼ ਇੱਥੇ ਕੋਈ ਮਟੀਰੀਅਲ ਮੀਡੀਅਮ ਨਹੀਂ ਹੈ ਤੇ ਪਾਰਟੀਕਲਸ ਨਹੀਂ ਹੈ ਉਹਦੇ ਜਿਹੜੇ ਸਮੋਕ ਦੇ ਪਾਰਟੀਕਲਸ ਨੇ ਉਹਨਾਂ ਨੇ ਇੱਕ ਉਹਨਾਂ ਨੂੰ ਮਟੀਰੀਅਲ ਜਿਹੜਾ ਇਹਨੇ ਪ੍ਰੋਵਾਈਡ ਕੀਤਾ ਸਕੈਟਰਿੰਗ ਹੋਈ ਦੀ ਲਾਈਟ ਦੀ ਸੋ ਉਹਨੂੰ ਪੂਰਾ ਵੇਖ ਲਏਗਾ ਸੋ ਇਹ ਸਾਡੇ ਕੋਲ ਪ੍ਰਕਾਸ਼ ਦਾ ਪ੍ਰਬੰਧ ਜਿਹੜਾ ਇਸ ਟੈਕਨੀਕ ਨੇ ਇਸ ਕਿਆ ਸੋ ਆਸੇ ਤੋਂ ਦੱਸਦਾ ਹੈ ਧੰਨਵਾਦ